दोस्तों पंज गल्लां जेकर आप पार्टी दे विच लागू हो गईआं तां 2022 दे विच भगवंत मान बन सकदे आ पंजाब दे अगले मुख्यमंत्री। जी हाँ दोस्तों, अपने विच्चों बहुत सारे लोगों की यह दिली इच्छा होगी कि 2022 दे विच मान साहब पंजाब दे अगले सीएम बन। पर दोस्तों जेकर आपां दिल की गल छड्ड के दिमाग दे नाल सोचिए तां अज आम आदमी पार्टी ते मान साहब दे लई कठिनाइयां कोई घट नहीं। जेकर आपां 2017 की गल करिए तां उस टाइम सब कुछ आम आदमी पार्टी दे हक दे विच जा रहा सी। अज दे मुकाबले उह पार्टी किते मजबूत दिखाई दिंदी सी। उस पार्टी दे विच एकता सी, कई वड्डे चेहरे उस पार्टी दे विच शामिल सी। जेकर आपां अज दी गल करिए तां अज आम आदमी पार्टी दे विच मान साहब तों बिना कोई भी वड्डा चेहरा आपां नूं दिखाई नहीं दिंदा। ते इह वी कह सकदे आं कि आम आदमी पार्टी दे विच तजर्बे की इस टाइम भारी कमी आ। आपां जिस वीडियो राही अजिहियां पंज गल्लां ते ध्यान देवांगे, जेकर ओह गल्लां आम आदमी पार्टी दे लई सही बैठ गईआं ते जरूर थोड़े सब दे फेवरेट मान साहब पंजाब दे अगले मुख्यमंत्री होणगे। सो दोस्तों मैं यह गल तुहानूं पहले ही दस दिना कि यह मेरे परसनल व्यू आ। इस नूं लै के थोड़े विचार कुछ अलग हो सकते आ। जिस नूं लै के थोड़े कोई होर विचार आ तां तुसीं निश्चित तौर ते मेरे वांगू ही अपने परसनल व्यू कमेंटां दे विच दे सकदे आ। इस तों इलावा जेकर तुसीं वी मान साहब दे हक दे विच खड़े आ तां इक लाइक जरूर कर दिओ। यह मान साहब दे लई इक वोट दी तरह ही होऊगा। सो दोस्तों बिना टाइम गवाए आपां उन्हां गल्लां ते विचार करदे आ जिन्हां नूं अपना के आम आदमी पार्टी 2022 दे विच सरकार बना सकती है। सब तो पहला ते वड्डा कारण, जेकर मान साहब अज सुखपाल खहरा, सुच्चा सिंह छोटेपुर, सिमरजीत सिंह बैंस, नवजोत सिंह सिद्धू नूं इकट्ठे करन दे विच कामयाब हो जांदे आ, अपनी पार्टी दे विच अज शामिल कर लेंदे आ, तां समझो कि 70% आम आदमी पार्टी की जित हो चुकी आ। जो 30% की कमी रहिंदी आ ਉਹ ਇਹ ਲੀਡਰ ਖੁਦ ਪੂਰੀ ਕਰ ਲੈਣਗੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਨੂੰ ਲੋਕ ਕਾਫੀ ਚਾਹੁੰਦੇ ਆ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਦੀ ਛਵੀ ਆਪਾਂ ਜਾਣਦੇ ਹਾਂ ਕਿ ਲੋਕਾਂ ਦੇ ਵਿੱਚ ਕਿੱਦਾਂ ਦੀ ਬਣੀ ਹੋਈ ਆ। ਅਤੇ ਨਵਜੋਤ ਸਿੰਘ ਸਿੱਧੂ ਦੀ ਚੜ੍ਹਾਈ ਨੂੰ ਇਸ ਟਾਈਮ ਕੋਈ ਵੀ ਨਹੀਂ ਭੁੱਲਿਆ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਅਜਿਹੇ ਬੰਦੇ ਆ ਜੋ ਆਪਣੇ ਦਮ 'ਤੇ ਵੀ ਸਰਕਾਰ ਬਣਾ ਸਕਦੇ ਆ। ਸੋ ਦੇਖਣਾ ਇਹ ਬਣਦਾ ਕਿ ਮਾਨ ਸਾਹਿਬ ਕਿਵੇਂ ਆਪਣੇ ਰੁੱਸੇ ਹੋਏ ਸਾਥੀਆਂ ਨੂੰ ਆਪਦੀ ਪਾਰਟੀ ਦੇ ਵਿੱਚ ਸ਼ਾਮਿਲ ਕਰਦੇ ਆ। ਦੂਜੀ ਗੱਲ ਜੋ ਮਾਨ ਸਾਹਿਬ ਵੀ ਕਰਦੇ ਰਹਿੰਦੇ ਆ ਕਿ ਪਿਛਲੀ ਵਾਰ ਯੂਥ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸੀ, ਪਰ ਘਰ ਦੇ ਵੱਡੇ ਮੈਂਬਰ ਬਜ਼ੁਰਗ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨਹੀਂ ਸੀ। ਪਰ ਹੁਣ ਮਾਨ ਸਾਹਿਬ ਦੀ ਲੋਕ ਸਭਾ ਦੇ ਵਿੱਚ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਯੂਥ ਦੇ ਨਾਲ ਨਾਲ ਵੀ ਘਰ ਦੇ ਵੱਡੇ ਮੈਂਬਰ ਬਜ਼ੁਰਗ ਵੀ ਜ਼ਰੂਰ ਮਾਨ ਸਾਹਿਬ ਦਾ ਸਾਥ ਦੇਣ ਦੇ ਲਈ ਤਿਆਰ ਹੋ ਚੁੱਕੇ ਆ। ਦੋਸਤੋ ਨੰਬਰ 3 ਦੀ ਗੱਲ ਕਰੀਏ, ਜਿਸ ਨੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਪਾਂ ਦੇਖਦੇ ਸੀ ਕਿ ਸੋਸ਼ਲ ਮੀਡੀਆ ਦੇ ਉੱਪਰ ਆਮ ਆਦਮੀ ਪਾਰਟੀ ਦੀ ਇੰਨੀ ਜ਼ਿਆਦਾ ਸਪੋਰਟ ਸੀ ਕਿ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਸਿੱਧੇ ਤੌਰ 'ਤੇ ਜਿੱਤ ਜਾਊਗੀ। ਦੂਜੀਆਂ ਪਾਰਟੀਆਂ ਨੂੰ ਲੱਗਦਾ ਸੀ ਬਹੁਤ ਘੱਟ ਸੀਟਾਂ ਮਿਲਣਗੀਆਂ। ਇਸ ਤੋਂ ਇਲਾਵਾ ਮਾਨ ਸਾਹਿਬ ਜਿੱਥੇ ਵੀ ਰੈਲੀ ਕਰਦੇ ਸੀ ਉੱਥੇ ਠਾਠਾਂ ਮਾਰਦਾ ਇਕੱਠ ਇਹ ਦਿਖਾਉਂਦਾ ਸੀ ਕਿ ਮਾਨ ਸਾਹਿਬ ਦੀ ਅਤੇ ਉਹਨਾਂ ਦੀ ਪਾਰਟੀ ਦੀ ਜਿੱਤ ਨਿਸ਼ਚਿਤ ਆ। ਪਰ ਹੋਇਆ ਇਸ ਦੇ ਬਿਲਕੁਲ ਉਲਟ। ਮਾਨ ਸਾਹਿਬ ਦੀਆਂ ਰੈਲੀਆਂ ਦੇ ਵਿੱਚ ਸ਼ਾਮਿਲ ਹੁੰਦੇ ਲੋਕਾਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਪਰ ਮਾਨ ਸਾਹਿਬ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਲੋਕਾਂ ਨੇ ਮਾਨ ਸਾਹਿਬ ਦੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ, ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਵੋਟਾਂ ਪਾ ਦਿੱਤੀਆਂ। ਸੋ ਜੇਕਰ ਮਾਨ ਸਾਹਿਬ ਦੇ ਅਨੁਸਾਰ ਗੱਲ ਕਰੀਏ ਕਿ ਉਹਨਾਂ ਦੇ ਮਗਰ ਉਸ ਟਾਈਮ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਕਿਉਂ ਨਹੀਂ ਪਾਈਆਂ, ਤਾਂ ਮਾਨ ਸਾਹਿਬ ਕਹਿੰਦੇ ਕਿ ਉਸ ਟਾਈਮ ਲੋਕ ਉਹਨਾਂ ਨੂੰ ਸਿਰਫ ਇੱਕ ਕਮੇਡੀਅਨ ਦੇ ਤਰ੍ਹਾਂ ਦੇਖਦੇ ਸੀ। ਪਰ ਅੱਜ ਉਹਨਾਂ ਨੇ ਆਪਣੇ ਕੰਮਾਂ ਰਾਹੀਂ ਸਾਬਤ ਕਰ ਦਿੱਤਾ ਕਿ ਉਹ ਰਾਜਨੀਤੀ ਦੇ ਵਿੱਚ ਵੀ ਪੂਰੀ ਤਰ੍ਹਾਂ ਹੁਣ ਪਰਪੱਕ ਹੋ ਚੁੱਕੇ ਆ। ਸੋ ਲੋਕ ਸਭਾ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜ਼ਰੂਰ ਇਸ ਵਾਰ ਲੋਕ ਉਹਨਾਂ ਦਾ ਸਾਥ ਦੇਣਗੇ। ਸੋ ਦੋਸਤੋ ਨੰਬਰ 4 'ਤੇ ਸਭ ਤੋਂ ਅਹਿਮ ਕਾਰਨ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਇਸ ਟਾਈਮ ਚੋਣਾਂ ਹੋਣ ਜਾ ਰਹੀਆਂ। ਜੇਕਰ ਦਿੱਲੀ ਦੇ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਹੁਤ ਜ਼ਿਆਦਾ ਚਾਂਸ ਬਣੇ ਰਹਿਣਗੇ। ਪੰਜਾਬ ਦੇ ਲੋਕ ਵੀ ਇਹ ਸਮਝਣਗੇ ਕਿ ਦਿੱਲੀ ਦੇ ਲੋਕਾਂ ਨੇ ਦੂਜੀ ਵਾਰ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਉਸਦਾ ਕੋਈ ਕਾਰਨ ਆ, ਦਿੱਲੀ ਦੇ ਵਿੱਚ ਕੋਈ ਕੰਮ ਹੋਇਆ ਤਾਂ ਹੀ ਲੋਕਾਂ ਨੇ ਦੁਬਾਰਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਆ। ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸ਼ਾਇਦ ਲੋਕ ਇਹ ਦੇਖ ਕੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਗੇ। ਦੋਸਤੋ ਨੰਬਰ 5 'ਤੇ ਸਭ ਤੋਂ ਅਹਿਮ ਕਾਰਨ
कांग्रेस सरकार दे 3 साल बीत चुके आ ते 2 साल रह गए। इन्हां 2 सालां दे विच देखिया जाऊगा कि कांग्रेस पार्टी किन्ने क काम करदी आ। जेकर कांग्रेस की कारगुजारी पिछले 3 सालां की तरह इन्हां 2 सालां दे विच वी ढिल्ली दिखाई दिंदी आ तां आम आदमी पार्टी दे जित दे दरवाजे निश्चित रूप दे विच खुल जाणगे, क्योंकि लोक अकालियां नूं पहलां ही 10 साल मौका दे चुके आ। उस तो बाद हुण 5 साल कांग्रेस नूं वी मौका दे के देख लिया तां सूझवान लोक जरूर 2022 दे विच तीजी पार्टी नूं लिआउण दा फैसला लै सकदे आ। सो दोस्तों, इह कुछ कारण सी जिन्हां करके आपां सोच सकदे हां कि 2022 दे विच आपां नूं आम आदमी पार्टी दी सरकार देखण नूं मिल सकती है। थोड़े अनुसार कोई होर भी कारण हैगा जिस करके आम आदमी पार्टी नूं फायदा हो सकता तो नीचे कमेंट जरूर करो। इस तो अलावा आम आदमी पार्टी के सपोर्टर इस वीडियो नूं दब के शेयर करो। होर वीडियो दे लई चैनल नूं जरूर सबसक्राइब भी करो। थैंक यू सो मच।